ਸ੍ਰੀਕਾਲ ਪੰਜਾਬੀ ਭਰਾਵੋ, ਇੱਕ ਸੁਨੇਹਾ ਸਾਰੇ ਪੰਜਾਬੀਆਂ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ ਕਿ ਕੱਲ੍ਹ ਨੂੰ ਲੁਧਿਆਣੇ ਵੱਡਾ ਇਕੱਠ ਰੱਖਿਆ ਗਿਆ ਹੈ ਨਰੋਆ ਪੰਜਾਬ ਮੰਚ ਵੱਲੋਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ, ਕਿਉਂਕਿ ਉੱਥੇ ਆਪਾਂ ਸ਼ਾਇਦ ਤੁਸੀਂ ਦੇਖਿਆ ਵੀ ਹੋਵੇ ਕਿ ਬੁੱਢੇ ਨਾਲੇ ਦੇ ਵਿੱਚ ਜਿਹੜਾ ਸਾਰੇ ਲੁਧਿਆਣੇ ਦਾ ਗੰਦਾ ਪਾਣੀ ਫੈਕਟਰੀਆਂ ਵਾਲਾ ਅਤੇ ਜਾਂ ਉੱਥੇ ਜੋ ਵੀ ਉੱਥੇ ਡੈਰੀਆਂ ਬਹੁਤ ਨੇ ਲੁਧਿਆਣੇ ਦੇ ਵਿੱਚ, ਸਾਰਾ ਪਾਣੀ ਉੱਥੇ ਕਾਸਾਬਾਦ ਜਿਹੜਾ ਪੁਆਇੰਟ ਹੈ ਉੱਥੇ ਪੈਂਦਾ ਅਤੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪਾਣੀ, ਜਿਵੇਂ ਇੱਕ ਪੂਰੀ ਨਹਿਰ ਜਿੰਨਾ ਪਾਣੀ ਉੱਥੇ ਘੱਟੋ ਘੱਟ ਆ ਕੇ ਸਤਲੁਜ ਦਰਿਆ 'ਚ ਪੈਂਦਾ ਅਤੇ ਉਹ ਪਾਣੀ ਆਪਾਂ ਦਰਿਆਵਾਂ ਦਾ ਗਾਹਾਂ ਨਹਿਰਾਂ 'ਚ ਨਹਿਰਾਂ ਦੇ ਰਾਹੀਂ ਆਪਣੇ ਪਿੰਡਾਂ ਤੱਕ ਘਰਾਂ ਤੱਕ ਮੇਰਾ ਵੀਰ ਪਹੁੰਚਦਾ। ਸੋ ਪੰਜਾਬੀ ਭਰਾਵੋ, ਜਿਹੜੀ ਅਗਲੀ ਸਾਡੀ ਜੰਗ ਆ ਨਾ, ਸਭ ਤੋਂ ਵੱਡੀ ਜੰਗ ਹੈ ਅਤੇ ਅਹਿਮ ਹੈ ਜੋ ਸਾਡੇ ਲਈ, ਕਿਉਂਕਿ ਸਾਡੀ ਹੋਂਦ ਦਾ ਸਵਾਲ ਹੈ। ਪੰਜਾਬ ਦੀ ਧਰਤੀ ਨੇ ਬੰਜਰ ਹੋ ਜਾਣਾ, ਪੰਜਾਬ ਦੀ ਧਰਤੀ ਨੇ ਤਬਾਹ ਹੋ ਜਾਣਾ, ਜ਼ਹਿਰੀਲਾ ਹੋ ਗਿਆ ਸਾਡਾ ਹੇਠਲਾ ਪਾਣੀ ਵੀ, ਅਸੀਂ ਪੈਸਟੀਸਾਈਡ ਵਰਤ ਜ਼ਹਿਰੀਲਾ ਕਰ ਲਿਆ, ਦਰਿਆਵਾਂ ਵਾਲਾ ਸਾਡਾ ਪਾਣੀ ਫੈਕਟਰੀਆਂ ਵਾਲੇ ਕਾਰਖਾਨਿਆਂ ਵਾਲੇ ਪਤਾ ਨਹੀਂ ਕੀ ਕੁਛ ਸੁੱਟ ਕੇ ਗੰਦ ਮੰਨਦੇ, ਸਾਡਾ ਪਾਣੀ ਖਰਾਬ ਕਰੀ ਜਾਂਦੇ ਆ। ਕੱਲ੍ਹ ਨੂੰ ਮੇਰਾ ਵੀਰ 9:30 ਦਾ ਟਾਈਮ ਆ ਅਤੇ ਕਾਸਾਬਾਦ ਕੋਲ ਆਪਾਂ ਇਕੱਠੇ ਹੋਣਾ, ਜਿਹੜਾ ਟੋਲ ਪਲਾਜ਼ਾ ਜਦੋਂ ਆਪਾਂ ਜਾਂਦੇ ਹਾਂ ਲੁਧਿਆਣੇ ਤੋਂ ਜਲੰਧਰ ਵੱਲ ਨੂੰ, ਉੱਥੇ ਇਕੱਠ ਰੱਖਿਆ ਗਿਆ, ਉੱਥੋਂ ਫਿਰ ਇੱਕ ਮਾਰਚ ਦੇ ਰੂਪ ਦੇ ਵਿੱਚ ਲੁਧਿਆਣੇ ਵੱਲ ਨੂੰ ਆਉਣਾ। ਸੋ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਯਾਰ ਜੇ ਪਾਣੀ ਹੈ ਤਾਂ ਜੀਵਨ ਹੈ, ਪਾਣੀ ਨਾਲ ਹੀ ਸਾਡਾ ਜੀਵਨ ਹੈ। ਜੇ ਪਾਣੀ ਨਾ ਰਿਹਾ ਜਾਂ ਪਾਣੀ ਸਾਡਾ ਬਰਬਾਦ ਹੋ ਗਿਆ ਜਾਂ ਪਾਣੀ ਇਸ ਤਰ੍ਹਾਂ ਜ਼ਹਿਰੀਲਾ ਹੋ ਗਿਆ, ਆਪਾਂ ਦੇਖਦੇ ਹਾਂ ਕਿ ਪਾਣੀ ਦੇ ਨਾਲ ਹੀ ਸਾਨੂੰ ਕਿੰਨੀਆਂ ਬਿਮਾਰੀਆਂ ਜਿਹੜੀਆਂ ਕੈਂਸਰ ਵਰਗੀਆਂ, ਕਾਲਾ ਪੀਲੀਆ ਹੋ ਗਿਆ, ਸ਼ੂਗਰ ਹੋ ਗਿਆ, ਪਤਾ ਨਹੀਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਦੇ ਨਾਲ ਜਿਹੜਾ ਲੋਕ ਮਰੀ ਜਾਂਦੇ ਨੇ। ਸੋ ਇਸ ਲਈ ਮੈਂ ਮੇਰਾ ਵੀਰ ਬੇਨਤੀ ਕਰਦਾ ਕਿ ਕੱਲ੍ਹ ਨੂੰ ਜ਼ਰੂਰ ਤੁਸੀਂ ਪਹੁੰਚਣਾ। ਇੱਕ ਆ ਵੀਰ ਲਿਖਦਾ ਕਹਿੰਦਾ ਫਰੀਦਕੋਟ ਕੀ ਬਣਿਆ, ਫਰੀਦਕੋਟ ਵੀਰੇ ਚੱਲੀ ਜਾਂਦਾ ਮੋਰਚਾ, ਉੱਧਰ ਨੂੰ ਜਾਈ ਜਾਂਦੇ ਹਾਂ ਫਰੀਦਕੋਟ ਵੱਲ ਨੂੰ, ਫਰੀਦਕੋਟ ਹਜੇ ਚੱਲ ਰਿਹਾ ਮੋਰਚਾ। ਫਰੀਦਕੋਟ ਦੇ ਵਿੱਚ ਹਲੇ ਕੋਈ ਹੱਲ ਨਹੀਂ ਹੋਇਆ, ਲਾਸ਼ ਵੀ ਨਹੀਂ ਮਿਲੀ ਅਤੇ ਲਾਸ਼ ਲੱਭਣ ਦੀ ਕੋਸ਼ਿਸ਼ ਨਹੀਂ ਕਰ ਰਹੀ ਪੁਲਿਸ, ਉਹ ਤਾਂ ਮਿੱਟੀ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਸੋ ਚਲੋ ਵੀ ਤੁਹਾਨੂੰ ਜੇ ਕੋਈ ਫਰੀਦਕੋਟ ਦੀ ਕੋਈ ਕਾਲ ਹੋਈ, ਕੋਈ ਸੁਨੇਹਾ ਹੋਇਆ ਤਾਂ ਤੁਹਾਨੂੰ ਜ਼ਰੂਰ ਦੱਸਾਂਗੇ। ਹਾਂ ਇੱਕ ਆ ਹੁਣ ਕਈ ਸੱਜਣ ਸਾਨੂੰ ਮਿਲੇ, ਉਹ ਮੱਚ ਗਏ ਬਾਈ, ਉਹ ਮੱਚ ਗਏ ਗਰਮੀ ਹੋਣਾ 2-3 ਦਿਨਾਂ ਦੇ ਵਿੱਚ ਧੂੰਆਂ ਕੱਢਤਾ ਲੋਕਾਂ ਦਾ ਗਰਮੀ ਨੇ, ਹੈ ਨਾ। ਮੈਂ ਹੁਣ ਉਹਨਾਂ ਨੂੰ ਪੁੱਛਣਾ ਚਾਹੁੰਦਾ, ਜਿਹੜੇ ਹੁਣ ਇੱਥੇ ਜੇ ਕੋਈ ਦਰਖਤ ਲੱਗਿਆ ਖੜ੍ਹਾ ਹੁੰਦਾ ਤਾਂ ਬੰਦਾ ਭੱਜ ਕੇ ਦਰਖਤ ਥੱਲੇ ਜਾਂਦਾ ਵੀ ਛਾਂ, ਇੱਥੇ ਗੱਡੀ ਖੜ੍ਹਾਉਣੀ ਹੈ, ਮੋਟਰਸਾਈਕਲ ਖੜ੍ਹਾਉਣਾ ਤਾਂ ਵੀ ਦਰਖਤ ਥੱਲੇ ਭੱਜਦੇ ਹਾਂ ਅਸੀਂ ਵੀ, ਇੰਨੀ ਅੱਗ ਲੱਗੀ ਪਈ ਆ ਪੰਜਾਬ ਵਿੱਚ। ਮੈਨੂੰ ਲੱਗਦਾ ਤਾਪਮਾਨ ਪਤਾ ਨਹੀਂ ਅੱਜ 45-46 ਕਿੰਨੇ ਦੇ, ਪਤਾ 46 ਦੇ ਫਿਰਦਾ, ਰਾਜਸਥਾਨ ਨਾਲੋਂ ਵੱਧ ਗਿਆ ਆਪਣੇ ਤਾਪਮਾਨ ਆ ਜਿਹੜਾ, ਅਤੇ ਉੱਥੇ ਮਤਲਬ ਕਿ ਆਹ ਹਾਲਾਤ ਜਿਹੜੇ ਪੰਜਾਬ ਦੇ ਹੋ ਗਏ ਆ ਕਿ ਇੰਨੀ ਗਰਮੀ। ਪਰ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਆਹ ਹੁਣ ਪਿੱਛੇ ਜੇ ਆਪਾਂ ਕਣਕ ਦੀ ਨਾੜ ਨੂੰ ਅੱਗ ਲਾਇਆ ਅਤੇ ਅੱਗ ਲਾ ਕੇ ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਲੱਖਾਂ ਦਰਖਤ ਪੰਜਾਬ 'ਚ ਫੂਕ ਤੇ,
ਜਾਂ ਉਹੀ ਵੱਢੀ ਜਾਂਦੇ ਆ ਪੁਰਾਣੇ ਦਰਖਤ ਕਿੰਨੇ ਆਪਣੇ ਵੱਢੇ ਗਏ ਲਾਉਂਦਾ ਕੋਈ ਜ਼ਿੰਦਗੀ 'ਚ ਪੰਜ ਦਰਖਤ ਨਹੀਂ ਹੋਣਾ ਵੱਢ ਜ਼ਿੰਦਗੀ ਜਾਂਦਾ 100 ਦਰਖਤ ਕ ਬੰਦਾ ਵੱਢ ਦਿੰਦਾ ਸੋ ਇਹਦਾ ਖਮਿਆਜਾ ਅਸੀਂ ਭੁਗਤਣਾ ਇਹਦਾ ਹਲੇ ਸ਼ੁਰੂਆਤ ਹੈ ਆਹ ਗਰਮੀ ਪੈਣੀ ਪਾਣੀ ਸਾਡਾ ਮੁੱਕਣਾ ਇਹ ਸ਼ੁਰੂਆਤ ਆ ਹਲੇ ਇਹਦਾ ਹੌਲੀ ਹੌਲੀ ਦੇਖੀ ਜਾਏ ਉਹ ਪੰਜਾਬ ਦਾ ਬਣਦਾ ਕੀ ਹੈ ਇਹਦੇ ਜ਼ਿੰਮੇਵਾਰ ਕੌਣ ਹੋਵਾਂਗੇ ਅਸੀਂ ਲੋਕ ਜੇ ਇਸ ਪੰਜਾਬ ਨੂੰ ਤਬਾਹ ਕਰਾਂਗੇ ਤਾਂ ਜ਼ਿੰਮੇਵਾਰ ਅਸੀਂ ਹਾਂ ਕੋਈ ਹੋਰ ਨਹੀਂ ਜ਼ਿੰਮੇਵਾਰ ਹੈਗਾ ਜਿਸ ਤਰੀਕੇ ਨਾਲ ਅਸੀਂ ਮੈਂ ਉੱਧਰ ਵੀ ਬੋਲਿਆ ਸੀ ਕਿ ਬਾਂਹ ਠੰਡੇ ਕਰਨ ਦੇ ਬਹਾਨੇ ਕਿਵੇਂ ਪਾਣੀ ਅਸੀਂ ਫਾਲਤੂ ਕੱਢ ਰਹੇ ਹਾਂ ਇੱਕ ਵੀਰ ਦਾ ਉੱਤੇ ਮੈਨੂੰ ਫੋਨ ਆਇਆ ਕਹਿੰਦਾ ਬਾਈ ਤੂੰ ਕਿਸਾਨਾਂ 'ਤੇ ਲੱਗੀ ਜਾਂਦਾ ਹੋਰ ਵੀ ਪਾਣੀ ਬਹੁਤ ਬਰਬਾਦ ਹੁੰਦਾ ਮੈਂ ਮੰਨਦਾ ਸਰਵ ਸਟੇਸ਼ਨਾਂ 'ਤੇ ਕਿੰਨਾ ਪਾਣੀ ਬਰਬਾਦ ਹੁੰਦਾ ਫੈਕਟਰੀਆਂ 'ਚ ਕਿੰਨਾ ਪਾਣੀ ਬਰਬਾਦ ਹੁੰਦਾ ਹੁੰਦਾ ਥਾਂ ਥਾਂ ਪਾਣੀ ਬਰਬਾਦ ਹੁੰਦਾ ਪਰ ਆਪਾਂ ਇਹ ਤਾਂ ਨਹੀਂ ਹੁੰਦਾ ਵੀ ਜੇ ਆਪਣਾ ਗਵਾਂਢੀ 4 ਬਾਲਟੀਆਂ ਡੋਂਦਾ ਡੋਲਦਾ ਤਾਂ ਆਪਾਂ ਤਾਂ ਉਹਦੇ ਰੀਸ 'ਚ ਆਪਾਂ 10 ਡੋਲਾਂਗੇ 10 ਖਰਾਬ ਕਰਾਂਗੇ ਇਹ ਨਹੀਂ ਯਾਰ ਤਾਂ ਬੂੰਦ ਬੂੰਦ ਸਹਾਈ ਆ ਸਾਡੀ ਜ਼ਿੰਦਗੀ ਲਈ ਅਸੀਂ ਬੂੰਦ ਬੂੰਦ ਨੂੰ ਬਚਾਉਣਾ ਪਾਣੀ ਦੀ ਅਤੇ ਮੇਰਾ ਵੀਰ ਕੋਸ਼ਿਸ਼ ਕਰਿਆ ਕਰੋ ਦਰਖਤ ਵਗੈਰਾ ਵੀ ਵੱਧ ਤੋਂ ਵੱਧ ਆਪਾਂ ਕੋਸ਼ਿਸ਼ ਕਰੀਏ ਗਾਂ ਮਹੀਨਾ ਆਉਣਾ ਸਾਉਣ ਦਾ ਦਰਖਤ ਲਾਉਣੇ ਆ ਸਾਡੇ ਕੋਲ ਸਾਧੂ ਦਰਖਤ ਨੇ ਜੇ ਕਿ ਸੱਜਣ ਨੇ ਲਾਉਣੇ ਆ ਕਰਨੇ ਅਸੀਂ ਕਾਫੀ ਅੱਜ ਦਰਖਤ ਤਿਆਰ ਕਰਾਏ ਨੇ ਵੱਡੀ ਗਿਣਤੀ ਸਾਂਝਣਾ ਵੀ ਬਹੁਤ ਤਿਆਰ ਕਰਾਇਆ ਅਤੇ ਉਹ ਜੇ ਕਿਸੇ ਲੋੜ ਹੋਈ ਤਾਂ ਦੇਵਾਂਗੇ ਦਰਖਤ ਵੱਧ ਤੋਂ ਵੱਧ ਕੋਸ਼ਿਸ਼ ਕਰਿਆ ਕਰੋ ਕੋਈ ਤੁਹਾਡਾ ਜਨਮ ਦਿਨ ਆਉਂਦਾ ਕੋਈ ਮਤਲਬ ਕਿ ਕੋਈ ਹੋਰ ਖੁਸ਼ੀ ਵਾਲੀ ਗੱਲ ਹੁੰਦੀ ਆ ਕੋਈ ਵਿਆਹ ਆਉਂਦਾ ਕੋਈ ਇਹੋ ਜਿਹਾ ਪ੍ਰੋਗਰਾਮ ਹੁੰਦਾ ਉਸ 'ਚ ਕੋਸ਼ਿਸ਼ ਕਰੋ ਕਿ ਅਸੀਂ ਵੱਧ ਤੋਂ ਵੱਧ ਰਵਾਇਤੀ ਦਰਖਤ ਨੇ ਜਿਹੜੇ ਸਾਡੇ ਪਿੱਪਲ ਬੋਹੜ ਆ ਨਿੰਮਾਂ ਜਿਹੜੀਆਂ ਹੈਗੀਆਂ ਨੇ ਅਤੇ ਕਿੱਕਰਾਂ ਨੇ ਬੇਰੀਆਂ ਨੇ ਟਾਹਲੀਆਂ ਨੇ ਉਹੋ ਜਿਹੇ ਦਰਖਤ ਰਵਾਇਤੀ ਲਾਈਓ ਰਹੇ ਨਹੀਂ ਉਹ ਦਰਖਤ ਸਾਡੇ ਪੁਰਾਣੇ ਲੋਕਾਂ ਨੇ ਪੱਟਦੇ ਹੁਣ ਨਵੇਂ ਦਰਖਤ ਨੇ ਜਿਹੜੇ ਉਹ ਖਤਮ ਹੋਈ ਜਾਂਦੇ ਨੇ ਸੜਕਾਂ ਤੋਂ ਆਪਾਂ ਦੇਖਦੇ ਹਾਂ ਸੜਕ 'ਤੇ ਤੁਰੇ ਜਾਂਦੇ ਹਾਂ ਰਾਜਸਥਾਨ ਨੂੰ ਲੱਗਦਾ ਜਿਵੇਂ ਰਾਜਸਥਾਨ ਤੁਰੇ ਫਿਰਦੇ ਹਾਂ ਦਰਖਤ ਜਿਹਦੇ ਵੀ ਦੂਰ ਦੂਰ ਤੱਕ ਅਤੇ ਅਸੀਂ ਹਾਂ ਮੈਂ ਇੱਕ ਵਧਾਈ ਇਸ ਗੱਲੋਂ ਦੇਣਾ ਚਾਹੁੰਦਾ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਮੈਂ ਗਿਆ ਮਾਛੀਵਾੜਾ ਸਾਈਡ ਉੱਧਰ ਸਮਰਾਲੇ ਅੰਨੀ ਫਤਿਹਗੜ੍ਹ ਸਾਹਿਬ ਅੰਨੀ ਗਏ ਪਟਿਆਲੇ ਅੰਨੀ ਗਏ ਲੋਕਾਂ ਨੇ ਬਹੁਤ ਘੱਟ ਅੱਗ ਲਾਈ ਆ ਉੱਧਰ ਆਹ 4-5 ਜ਼ਿਲ੍ਹੇ ਤਾਂ ਫਰੀਦਕੋਟ ਮਾਨਸਾ ਬਠਿੰਡਾ ਬਰਨਾਲਾ ਮੋਗਾ ਲੋਕਾਂ ਨੇ ਉਹ ਤਬਾਹ ਹੀ ਕਰਤੇ ਵੱਡੇ ਵੱਡੇ ਦਰਖਤ ਆ ਜਿਹੜੇ ਸੋ ਮੈਂ ਇਹ ਮੇਰਾ ਵੀਰ ਕਹਿਣਾ ਕਿ ਕੱਲ੍ਹ ਨੂੰ 9:30 ਆਪਾਂ ਲੁਧਿਆਣੇ ਇਕੱਠੇ ਹੋਣਾ ਜਿੰਨੇ ਵੀ ਉੱਥੇ ਵੱਧ ਤੋਂ ਵੱਧ ਨੌਜਵਾਨ ਮੇਰੇ ਵੀਰ ਕੋਈ ਹੋਰ ਸੱਜਣ ਆ ਸਕਦੇ ਨੇ ਤਾਂ ਜ਼ਰੂਰ ਆਪਾਂ ਕਾਸਾਬਾਦ ਕੋਲ 9:30 ਇਕੱਠੇ ਹੋਣਾ ਪਾਣੀ ਦਾ ਬਹੁਤ ਗੰਭੀਰ ਮਸਲਾ ਬੜੀ ਅਗਲੀ ਜੰਗ ਜਿਹੜੀ ਸਾਡੇ ਥੋਪੀ ਜਾਣੀ ਹੈ ਉਹ ਪਾਣੀਆਂ ਦੀ ਹੈ ਅਤੇ ਲੜਨਾ ਪੈਣਾ ਜੇ ਆਪਦੀ ਹੋਂਦ ਨੂੰ ਬਚਾਉਣਾ ਆਪਦੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣਾ ਅਤੇ ਇਸ ਪੰਜਾਬ ਨੂੰ ਬਚਾਉਣਾ ਆਪਾਂ ਦੇਖ ਲਓ SYL ਦਾ ਜਿਹੜਾ ਮੁੱਦਾ ਸੀਗਾ ਉਹ ਸੁਪਰੀਮ ਕੋਰਟ ਨੇ ਹਰਿਆਣੇ ਦੇ ਹੱਕ 'ਚ ਕਰਤਾ ਮੂੰਹ ਟੁੱਟ ਜੇ ਕਿਸੇ ਲੀਡਰ ਦਾ ਕਿਸੇ ਸਮਾਜਿਕ ਬੰਦਿਆਂ ਨੂੰ ਤਾਂ ਹੋ ਸਕਦਾ 1-2 ਨੇ ਕੋਈ ਹੜਾ ਨਾਰਾ ਮਾਰਿਆ ਹੋਵੇ ਕੋਈ ਬਿਆਨ ਦਿੱਤਾ ਹੋਵੇ ਕਿਸੇ ਹੋਰ ਬੰਦੇ ਦਾ ਕਿਸੇ ਬੰਦੇ ਦਾ ਇੱਧਰ ਧਿਆਨ ਹੀ ਨਹੀਂ ਯਾਰ ਇੱਦਾਂ ਜੀ ਬਿਜਲੀ ਫਰੀ ਕਰ ਦਿਓ ਮੋਟਰਾਂ ਫਰੀ ਕਰ ਦਿਓ ਚੱਕੀ ਚੱਲੋ ਫੱਟੇ ਜਿੰਨਾ ਪਾਣੀ ਕੱਢਣਾ ਕੱਢੀ ਚੱਲੋ ਇਹ ਸਾਨੂੰ ਇਹ ਵੀ ਸਮਝ ਨਹੀਂ ਲੱਗ ਰਹੀ ਝੋਨੇ ਦਾ ਬਦਲਾਅ ਮੈਂ ਵਾਰ ਵਾਰ ਕਹਿੰਦਾ ਝੋਨੇ ਦਾ ਬਦਲਾਅ ਲਿਆਉਣਾ ਪੰਜਾਬ 'ਚ ਬਹੁਤ ਜ਼ਰੂਰੀ ਆ ਜੇ ਅਸੀਂ ਮਾੜਾ ਮੋਟਾ ਜਿਹੜਾ ਬਚਿਆ ਆ ਪੀਣ ਜੋਗਰਾ ਸਾਡੇ ਰਹਿ ਜੇ ਤਾਂ ਇਹ ਝੋਨੇ ਦਾ ਬਦਲਾਅ ਬਹੁਤ ਬਹੁਤ ਜ਼ਰੂਰੀ ਆ ਜੀ ਕੱਲ੍ਹ ਨੂੰ ਆਪਾਂ ਮਿਲਦੇ ਹਾਂ ਗੱਲਾਂ ਬਾਤਾਂ ਕੱਲ੍ਹ ਨੂੰ ਉੱਥੇ ਹੋਰ ਵੀ ਸਾਂਝੀਆਂ ਕਰਾਂਗੇ ਸੋ ਮੈਂ ਮੇਰਾ ਵੀਰ ਬੇਨਤੀ ਕਰਦਾ ਕਿ ਵੱਡੀ ਗਿਣਤੀ ਦੇ ਵਿੱਚ ਆ ਜਿਹੜੀ ਅੰਨੀ ਹੋ ਚੁੱਕੀਆਂ ਸਰਕਾਰਾਂ ਨੇ ਬੋਲੀਆਂ ਹੋ ਚੁੱਕੀਆਂ ਨੇ ਜਿਹੜੀਆਂ ਦਾ ਧਿਆਨ ਹੀ ਹੈ ਨਹੀਂ ਇਸ ਗੱਲ ਵੱਲ ਤਾਂ ਮੈਂ ਚਾਹੁੰਦਾ ਕਿ ਮੇਰਾ ਵੀਰ ਵੱਡੀ ਗਿਣਤੀ 'ਚ ਕੱਲ੍ਹ ਨੂੰ ਆਪਾਂ ਪਹੁੰਚੀਏ 9:30 ਕਾਸਾਬਾਦ ਟੋਲ ਪਲਾਜ਼ੇ ਦੇ ਕੋਲ ਪਾਣੀਆਂ ਦੇ ਮਸਲੇ 'ਤੇ ਆਪਾਂ
ਪਹੁੰਚ ਗਏ। ਅਤੇ ਜੇ ਕੋਈ ਫਰੀਦਕੋਟ ਦੀ ਅਗਲੀ ਗੱਲ ਆਪਾਂ ਦੇਖਦੇ ਹਾਂ ਕੀ ਬਣ ਰਿਹਾ, ਅਤੇ ਕੋਈ ਵੀ ਗੱਲਬਾਤ ਆਪਾਂ ਉਹ ਫਿਰ ਤੁਹਾਡੇ ਨਾਲ ਸਮੇਂ ਸਮੇਂ 'ਤੇ ਸਾਂਝੀ ਕਰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।